ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਸ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਇਹ ਹੈ ਮਤਲਬ ਕਿ ਕਿਊਟ ਜੇ ਸਬਜੈਕਟ ਤੇ ਸਿੰਪਲ ਜੀ ਮੂਵੀ ਹੈ ਨਾ, ਜ਼ਿਆਦਾ ਕੁਝ ਮਸਾਲਾ ਜ਼ਿਆਦਾ ਕੋਈ ਤੜਕ ਬੜਕ ਹੈ ਨਹੀਂ। ਤੇ ਐਮੀ ਬਾਈ, ਭਗਵੰਤ ਬਾਈ ਇਹਨਾਂ ਨੇ ਪ੍ਰੋਡਕਸ਼ਨ ਆਫ ਦੀ ਸੈਕਿੰਡ ਫਿਲਮ ਹੈ ਇਹ, ਅਤੇ ਵਿਜੇ ਸਰ ਹਰਜੀਤਾ ਤੋਂ ਬਾਅਦ ਹੈ ਫਿਲਮ ਉਹਨਾਂ ਨੇ ਡਾਇਰੈਕਟ ਕੀਤੀ ਹੈ। ਅਤੇ ਉਹ ਇੰਗਲੈਂਡ ਇਸ ਟਾਈਮ ਕਿਸੇ ਫਿਲਮ ਦੇ ਸ਼ੂਟ 'ਤੇ ਹੈ, ਐਜ਼ ਏ ਕੈਮਰਾਮੈਨ ਵਰੁਣ ਸਰ ਦੀ ਫਿਲਮ ਕਰ ਰਹੇ ਆ, ਤਾਂ ਉਹ ਆ ਨਹੀਂ ਸਕੇ। ਅਤੇ ਮਤਲਬ ਬਹੁਤ ਹੀ ਸਿੰਪਲ ਜੀ, ਆਮ ਜੀ ਜਿਹੜੀ ਸਾਡੇ ਘਰਾਂ ਦੀ ਗੱਲ ਹੈ, ਸਾਡੇ ਰਿਸ਼ਤਿਆਂ ਦੀ ਗੱਲ ਹੈ ਨਾ, ਉਹ ਜੀ ਇੱਕ ਫਿਲਮ ਹੈ। ਅਤੇ ਟ੍ਰੇਲਰ ਤੁਸੀਂ ਦੇਖ ਲਿਆ, ਗਾਣੇ ਆਲਰੇਡੀ ਆ ਚੁੱਕੇ ਆ, ਅਤੇ ਕੱਲ੍ਹ ਰਿਲੀਜ਼ ਹੋ ਜੂਗੀ, ਹੋਪਫੁਲੀ ਤੁਸੀਂ ਸਾਰੇ ਜਾ ਕੇ ਦੇਖ ਲਓ। ਥੈਂਕ ਯੂ। He's a man of few words in real, but scripts usi dekhte ho ode ch bahut gallan karde hain, but thank you everybody for joining us and you know being here today. So kai sare log bahut wari puchde si ki you know kudiyan nu highlight karke kadi koi film nahi banaunde, why is all the family dramas are the same? So when I heard this, Jagdeep ne mainu pehli baar sunayi si Mumbai. I remember we were sitting at a cafe and he narrated the script to me, then main I think ek minute bhi nahi laya you know sochan ch. I just loved the simplicity, the freshness of the story and the film. So main odo hi ha karti. So this film is so close to my heart. ਅਤੇ ਜਿੱਦਾਂ ਜਗਦੀਪ ਨੇ ਕਿਹਾ ਕਿ ਸਿੰਪਲ ਜਿਹੀ ਕਹਾਣੀ ਆ, ਬਟ ਯੂ ਨੋ ਆਲ ਆਫ ਅਸ ਕੈਨ ਰਿਲੇਟ ਟੂ ਇਟ। ਜੋ ਸਾਡੇ ਰਿਲੇਸ਼ਨਸ਼ਿਪਸ ਜਿੱਦਾਂ ਸਾਡੇ ਗ੍ਰੈਂਡ ਪੇਰੈਂਟਸ ਦੇ ਨਾਲ ਹੁੰਦੇ ਆ ਜਾਂ ਸਾਡੇ ਸਿਬਲਿੰਗਸ ਦੇ ਨਾਲ ਹੁੰਦੇ ਆ, ਯੂ ਨੋ ਇਟ ਟਾਕਸ ਅਬਾਊਟ ਆਲ ਆਫ ਇਟ। ਇਟ ਈਵਨ ਟਾਕਸ ਅਬਾਊਟ ਫਰੈਂਡਸ਼ਿਪ, ਯੂ ਨੋ ਰਿਲੇਸ਼ਨਸ਼ਿਪਸ ਵਿਦ ਆਰ ਰਿਲੇਟਿਵਸ, ਆਰ ਪੇਰੈਂਟਸ। ਸੋ ਓਵਰਆਲ ਇਹ ਰਿਸ਼ਤਿਆਂ ਦੀ ਕਹਾਣੀ ਹੈ, ਇੱਕ ਸਵੀਟ ਸਿੰਪਲ ਕਹਾਣੀ ਆ ਆਫ ਟੂ ਸਿਸਟਰਸ ਹੂ ਕਮ ਟੂ ਇੰਡੀਆ ਪੰਜਾਬ ਫੋਰ ਦਾ ਫਸਟ ਟਾਈਮ, ਆਪਣੇ ਨਾਨੀ ਨੂੰ ਮਿਲਣ ਆਪਣੇ ਨਾਨਕੇ ਆਉਂਦੀਆਂ ਆ। ਸੋ ਉਹਨਾਂ ਦੀ ਜਰਨੀ ਉੱਥੋਂ ਐਂਡ ਕੀ ਚੇਂਜਿਸ ਆਉਂਦੇ ਆ ਉਹਨਾਂ ਦੇ ਵਿੱਚ ਐਂਡ ਦ ਕਾਇੰਡ ਆਫ ਚੇਂਜਿਸ ਦੇ ਬ੍ਰਿੰਗ ਹਿਅਰ ਇਨ ਦੇਅਰ ਰਿਲੇਟਿਵਸ ਇਨ ਦਾ ਹਾਊਸ। ਸੋ ਦੈਟਸ ਫਨੀ ਐਂਡ ਯੂ ਨੋ ਇਮੋਸ਼ਨਲ ਐਂਡ ਇਟ ਹੈਜ਼ ਰੋਮੈਂਸ ਇਨ ਇਟ। ਸੋ ਸਾਰਾ ਕੁਛ ਹੈ ਐਂਡ ਗੁਰਨਾਮ ਨੇ ਕਾਫੀ ਹੱਦ ਤੱਕ ਮਿਊਜ਼ਿਕ 'ਚ ਵੀ ਬਹੁਤ ਇਨਵੋਲਵਮੈਂਟ ਰਹੀ ਆ, ਉਹਨਾਂ ਨੇ ਫਿਲਮ ਦਾ ਮਿਊਜ਼ਿਕ ਦੋ ਚਾਰ ਗਾਣੇ ਲਿਖੇ ਆ, ਕੰਪੋਜ਼ ਵੀ ਕੀਤੇ ਆ ਐਂਡ ਗਾਏ ਵੀ ਆ। ਇੱਕ ਗਾਣਾ ਐਮੀ ਨੇ ਗਾਇਆ, ਗੁਰਲੇਜ਼ ਨੇ ਗਾਇਆ। ਸੋ ਯਾ, ਦੈਟਸ ਅਬਾਊਟ ਦ ਫਿਲਮ। ਅਤੇ ਕੱਲ੍ਹ ਰਿਲੀਜ਼ ਹੋ ਰਹੀ ਆ ਐਂਡ ਆਈ ਹੋਪ ਕਿ ਜਿੰਨਾ ਲੋਕਾਂ ਨੇ ਟ੍ਰੇਲਰ ਨੂੰ ਪਿਆਰ ਦਿੱਤਾ ਆ, ਵੀ ਨੈਵਰ ਥੋਟ ਦੈਟ ਕਿ ਇੰਨਾ ਜ਼ਿਆਦਾ ਪਿਆਰ ਔਰ ਇੰਨੀ ਜ਼ਿਆਦਾ ਐਪਰੀਸੀਏਸ਼ਨ ਮਿਲੂਗੀ ਟ੍ਰੇਲਰ ਨੂੰ। ਵੀ ਵਰ ਆਲਵੇਜ਼ ਐਕਸਪੈਕਟਿੰਗ ਦੈਟ ਯੈਸ ਵੀ ਆਰ ਟਰਾਇੰਗ ਟੂ ਅਟੈਂਪਟ ਸਮਥਿੰਗ ਡਿਫਰੈਂਟ, ਸੋ ਇਟ ਵਿਲ ਬੀ ਗੁੱਡ। But I genuinely want to thank people who've, you know, expressed that they really liked that this is something different. So yeah, that's about it. Tanya. Good evening everyone. Jinda Sonam ne dasya ki everything is in here in this movie. So sare emotions, har tarah da ek package combine karke rakhe hai. Let it be script ho gayi, direction ho gayi. ਕਾਸਟ ਹੋ ਗਈ, ਸਾਰਾ ਹਰ ਚੀਜ਼ ਦਾ ਇੱਕ ਫਰੈਸ਼ਨੈਸ ਦਾ ਧਿਆਨ ਰੱਖਦੇ ਹੋਏ ਆ ਮੂਵੀ ਬਣਾਈ ਗਈ ਹੈ। ਸੋ ਦਿਸ ਇਜ਼ ਅ ਵੈਰੀ ਡਿਫਰੈਂਟ ਸਕ੍ਰਿਪਟ ਜੋ ਪਹਿਲੇ ਹਜੇ ਤੱਕ ਦੂਰ ਦੂਰ ਤੱਕ ਵੀ ਇੰਡਸਟਰੀ 'ਚ ਨਹੀਂ ਕਿਤੇ ਰਿਲੇਟ ਕਰੇਗੀ, ਬਿਕੋਜ਼ ਹਮੇਸ਼ਾ ਰਿਲੇਸ਼ਨਸ ਵਿਖਾਏ ਜਾਂਦੇ ਨੇ, ਯੈਸ ਲਵ ਐਂਗਲ ਵਿਖਾਇਆ ਜਾਂਦਾ, ਬਟ ਨੋਟ ਦੈਟ ਮਚ ਐਸੋਸੀਏਟਡ ਵਿਦ ਦ ਫੈਮਿਲੀ। ਸੋ ਇਹਦੇ ਵਿੱਚ ਜਿਹੜੀਆਂ ਕੁੜੀਆਂ ਕੈਨੇਡਾ ਤੋਂ ਆਈਆਂ ਨੇ, ਕਿੰਨੀਆਂ ਅਟੈਚ ਨੇ, ਕਿਵੇਂ ਅਟੈਚ ਨੇ, ਕੀ ਕੁਝ ਉਹ ਫੀਲ ਕਰਦੀਆਂ, ਕੀ ਕੁਝ ਫੈਮਿਲੀ ਫੀਲ ਕਰਦੀ ਹੈ, ਸੋ ਐਵਰੀਥਿੰਗ ਇਜ਼ ਸ਼ੋਨ ਇਨ ਹੇਅਰ। ਬਾਕੀ ਮੈਂ ਜ਼ਿਆਦਾ ਦੱਸਾਂਗੀ ਨਹੀਂ, ਬਿਕੋਜ਼ ਟਮੋਰੋ ਇਟਸ ਰਿਲੀਜ਼ਿੰਗ ਆਊਟ। ਸੋ ਸਾਰਿਆਂ ਨੂੰ ਜਿਵੇਂ ਟ੍ਰੇਲਰ ਬਹੁਤ ਪਸੰਦ ਆਇਆ, ਕੱਲ੍ਹ ਮੂਵੀ ਨੂੰ ਵੀ ਜਾ ਕੇ ਉਨਾ ਹੀ ਪਿਆਰ ਦਿਓ ਐਂਡ ਰੈਸਟ ਹੋਪ ਫੋਰ ਦ ਬੈਸਟ। ਭਗਵੰਤ ਜੀ, ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਸਭ ਤੋਂ ਪਹਿਲਾਂ ਥੈਂਕ ਯੂ ਸਾਰੀ ਪ੍ਰੈਸ ਦਾ, ਜਗਦੀਪ ਵੀਰੇ ਦਾ, ਦਾਦੂ ਜੀ, ਸੋਨਮ, ਤਾਨਿਆ, ਐਮੀ ਐਸ ਵੈਲ, ਗੁਰਨਾਮ ਵੀਰਾ, ਅਤੇ ਸਭ ਨੇ ਟ੍ਰੇਲਰ ਦੇਖਿਆ, ਬਹੁਤ ਆਈ ਥਿੰਕ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਊਗਾ। ਸੋ ਕੱਲ੍ਹ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਜੀ, ਅਤੇ ਸਭ ਨੇ ਜ਼ਰੂਰ ਵੇਖਣ ਜਾਣੀ ਹੈ। ਦੂਜੀ ਗੱਲ, ਇੱਧਰ ਭਾਅ ਜੀ ਦਾ ਕਹਿੰਦੇ ਗਲਾ ਖਰਾਬ ਹੈ, ਕਹਿੰਦੇ ਵੀ ਤੁਸੀਂ ਹੀ ਦੱਸਣਾ ਹੈ। ਭਾਅ ਜੀ ਇਨ ਹਾਊਸ ਗਰੁੱਪ ਤੋਂ ਨੇ, ਅਸੀਂ ਪਹਿਲੀ ਵਾਰ ਸਾਡੀ ਆਪਣੀ ਫਿਲਮ ਹੀ ਡਿਸਟ੍ਰੀਬਿਊਟ ਕਰ ਰਹੇ ਹਾਂ। ਸੋ ਲੈਟਸ ਹੋਪ ਫੋਰ ਦਾ ਬੈਸਟ, ਕੱਲ੍ਹ ਨੂੰ ਵਧੀਆ ਰਹੇ, ਤੁਸੀਂ ਸਾਰੇ ਜ਼ਰੂਰ ਵੇਖਣ ਜਾਓ। ਅਤੇ ਫਸਟ ਫਿਲਮ ਹੈ ਗੁੱਡੀਆਂ ਪਟੋਲੇ, ਜਿਹੜੀ ਅਸੀਂ ਨਵਾਂ ਗਰੁੱਪ ਬਣਾਇਆ ਹੈ, ਇਨ ਹਾਊਸ ਗਰੁੱਪ ਬਣਾਇਆ, ਅਤੇ ਉਹਦੇ ਵਿੱਚ ਅਸੀਂ ਖੁਦ ਡਿਸਟ੍ਰੀਬਿਊਟ ਕਰ ਰਹੇ ਹਾਂ।
ਜਿਹਦੇ ਵਿੱਚ ਅੰਮ੍ਰਿਤਪਾਲ ਭਾਅ ਜੀ, ਪਿੰਕੀ ਧਾਲੀਵਾਲ ਜੀ, ਸੱਜਣ ਜੀ, ਐਮੀ ਵੀ ਵਿੱਚ ਹੈ। ਸੋ ਥੈਂਕ ਯੂ ਵੈਰੀ ਮੱਚ, ਕੱਲ੍ਹ ਤੁਸੀਂ ਜ਼ਰੂਰ ਸਾਡੀ ਫਿਲਮ ਦੇਖਣ ਜਾਇਓ। ਥੈਂਕ ਯੂ ਵੈਰੀ ਮੱਚ। ਐਨੀ ਕੁਐਸਚਨਸ? ਪਹਿਲੀ ਵਾਰ ਤੁਸੀਂ ਸੋਚਿਆ ਕਿ ਇਨ ਹਾਊਸ ਗਰੁੱਪ ਜਿਹੜੀ ਇਸੇ ਮੂਵੀ ਦੀ ਡਿਸਟ੍ਰੀਬਿਊਸ਼ਨ ਹੈ ਤੁਸੀਂ ਆਪ ਕਰੋਗੇ, ਇਹ ਤੁਹਾਡੇ ਆਪਣੇ ਲਈ ਤਾਂ ਬਹੁਤ ਜ਼ਰੂਰੀ ਹੋਏਗਾ, ਪਰ ਇੰਡਸਟਰੀ ਦੇ ਲਈ ਇਹ ਕਦਮ ਚੁੱਕਣਾ ਕਿੰਨਾ ਜ਼ਰੂਰੀ ਸੀ ਅਤੇ ਕਿੰਨਾ ਰਿਸਕ ਫੈਕਟਰ ਸੀਗਾ ਗੁੱਡੀਆਂ ਪਟੋਲੇ ਨੂੰ ਹੀ ਲੈ ਕੇ ਇਨ ਹਾਊਸ ਦੀ ਅਨਾਊਂਸਮੈਂਟ ਕਰਨਾ? ਅਸੀਂ ਐਕਚੁਲੀ ਅਸੀਂ ਆਪਣੇ ਆਪਣੇ ਪ੍ਰੋਡਕਟ 'ਤੇ ਹੀ ਅਸੀਂ ਰਿਸਕ ਲੈਣ ਦੀ ਕੋਸ਼ਿਸ਼ ਕੀਤੀ ਹੈ, ਵੀ ਜਿੱਦਾਂ ਹਰ ਕੋਈ ਕਹਿੰਦਾ ਨਾ ਵੀ ਕੋਈ ਵੀ ਪ੍ਰੋਡਿਊਸਰ ਚਾਹੁੰਦਾ ਨਹੀਂ ਵੀ ਅਸੀਂ ਰਿਸਕ ਲਈਏ, ਸੋ ਅਸੀਂ ਤਾਂ ਹੀ ਆਪਣੀ ਪਿਕਚਰ 'ਤੇ ਰਿਸਕ ਲੈ ਰਹੇ ਹਾਂ। ਸੋ ਡਿਸਟ੍ਰੀਬਿਊਸ਼ਨ ਤਾਂ ਬਹੁਤ ਜ਼ਰੂਰੀ ਹੈ ਅਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਐਨੀਵਨ ਐਲਸ? ਹਾਂਜੀ, ਐਕਚੁਅਲੀ ਜੋ ਮਤਲਬ ਕਿਸਮਤ ਮੈਂ ਪਹਿਲੀ ਫਿਲਮ ਡਾਇਰੈਕਟ ਕੀਤੀ ਸੀਗੀ ਨਾ, ਤਾਂ ਉਹਦੀ ਜੋ ਸਕ੍ਰਿਪਟ ਸੀਗੀ ਮੈਨੂੰ ਲੱਗਦਾ ਸੀਗਾ ਕਿ ਯਾਰ ਫਿਲਮ ਦਾ ਮਿਊਜ਼ਿਕ ਸਟਰੋਂਗ ਹੋਣਾ ਬਹੁਤ ਜ਼ਰੂਰੀ, ਮਤਲਬ ਵਧੀਆ ਗੱਲ ਹੈ ਨਾ, ਅਤੇ ਉਸ ਟਾਈਮ ਮੈਨੂੰ ਸਿਰਫ ਜਾਨੀ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਦਿਖਦਾ ਸੀਗਾ ਅਤੇ ਮੈਂ ਉਹਨਾਂ ਨਾਲ ਉਹ ਫਿਲਮ ਕੀਤੀ। ਅਤੇ ਗੁੱਡੀਆਂ ਪਟੋਲੇ ਇਹ ਥੋੜ੍ਹੀ ਜਿਹੀ ਉਹਨਾਂ ਦੇ ਫਲੇਵਰ ਦੀ ਫਿਲਮ ਨਹੀਂ ਸੀ, ਅੱਡ ਫਲੇਵਰ ਦੀ ਫਿਲਮ ਹੈ। ਅਤੇ ਗੁਰਨਾਮ ਵੀਰਾ ਆਪ ਮਤਲਬ ਉਹ ਥਰਡ ਕਲਾਸ ਤੋਂ ਮਿਊਜ਼ਿਕ ਕਰ ਰਹੇ ਨਾ, ਉਹਨਾਂ ਨੂੰ ਮਿਊਜ਼ਿਕ ਦਾ ਬਹੁਤ ਨੌਲੇਜ ਹੈ। ਅਤੇ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਅਸੀਂ ਇਹਦੇ 'ਚ ਡਿਸਟ੍ਰੀਬਿਊਸ਼ਨ ਨਵਾਂ ਲੈ ਕੇ ਆਏ ਹਾਂ, ਇਹਦੇ 'ਚ ਮਿਊਜ਼ਿਕ ਡਾਇਰੈਕਟਰ ਅਸੀਂ ਨਵਾਂ ਲੈ ਕੇ ਆਏ ਹਾਂ ਨਾ, ਉਹ ਉਹਨਾਂ ਨੇ ਬਹੁਤ ਕੰਮ ਕੀਤਾ ਬਾਲੀਵੁੱਡ 'ਚ ਵੀ, ਬਹੁਤ ਸਾਰੀਆਂ ਫਿਲਮਾਂ 'ਚ ਨਾ, ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵੱਡੇ ਵੱਡੇ ਗਾਣੇ ਉਹਨਾਂ ਨੇ ਬਣਾਏ ਹੈ, ਬਟ ਉਹ ਹਮੇਸ਼ਾ ਬੈਕ 'ਤੇ ਹੁੰਦੇ ਸੀਗੇ, ਫਰੰਟ 'ਤੇ ਨਾਮ ਕਿਸੇ ਹੋਰ ਦਾ ਹੁੰਦਾ ਸੀਗਾ। ਤਾਂ ਇਹ ਫਿਲਮ 'ਚ ਫਸਟ ਟਾਈਮ ਉਹਨਾਂ ਨੇ ਮਿਊਜ਼ਿਕ ਕੀਤਾ, ਨਾਲ ਗੁਰਨਾਮ ਬਾਈ ਨੇ ਗਾਣੇ ਕੰਪੋਜ਼ ਕੀਤੇ। ਅਤੇ ਇਹ ਇਸ ਫਿਲਮ ਦੇ ਵਿੱਚ ਵੀ ਗਾਣੇ ਫਿਲਮ ਨੂੰ ਹੀ ਅੱਗੇ ਲੈ ਕੇ ਜਾਂਦੇ ਆ, ਫਿਲਮ ਦੇ ਹੀ ਮੂਡ ਨੂੰ ਅੱਗੇ ਲੈ ਕੇ ਜਾਂਦੇ, ਜਿਹਦਾ ਬਹੁਤ ਵੱਡੀ ਮਤਲਬ ਫਿਲਮ ਦੇ ਵਿੱਚ 6 ਗਾਣੇ ਆ ਬਟ ਫਸਟ ਹਾਫ 'ਚ 1 ਗਾਣਾ ਹੈ, ਕਿਉਂਕਿ ਰਿਕੁਆਇਰ ਨਹੀਂ ਗਾ ਸਟੋਰੀ, ਸੈਕਿੰਡ ਹਾਫ 'ਚ ਰਿਕੁਆਇਰ ਹੈ, ਇਮੋਸ਼ਨਸ ਹੈ ਔਰ ਮੂਮੈਂਟਸ ਵੈਸੇ ਬਣਦੇ ਆ ਨਾ, ਤਾਂ ਸਿਚੁਏਸ਼ਨਲ ਹੈ ਮੋਸਟਲੀ ਗਾਣੇ, ਕੋਈ ਵੀ ਗਾਣਾ ਧੱਕੇ ਨਾਲ ਨਹੀਂ ਗਾਉਂਦੇ। ਕੋਈ ਕੁਐਸਚਨ? My question is to Sonam, you, as you said, you immediately said yes to the script. So I want to know the angle or the chord that just stuck you right there and that you said yes to the film, that one angle. I just love the way Jagdeep explained this girl to me, you know. I just felt that there is a lot of challenge in performing that. So I always wanted to do something different. I've played a village girl, I've played a girl next door, I've played all of that, but I've never done something like that. So jidai main sunya, I was like, wow, this sounds very excited, the way she talks. And I was visualizing that if she talks like that, then obviously she thinks differently, she sits differently, she looks different. So mainu bahut interesting laga, and I felt you know, it'll be fun and it'll be challenging to do something like that. So as an actor, mainu lagya ki mainu ye karna chahiye, it's a wonderful opportunity, you know. It's the very few films who give you a chance to be out there this much. Otherwise, you know, we still learning, all of us. It's not every time that we get to play something like that. So then I was very excited. I thought, yeah, this is the time to look different, talk different and perform different. ਅਜੇ ਸੋਨਮ ਜੀ, ਮੈਂ ਕਾਲਣਾ ਸਾਹਿਬ ਤੋਂ ਸਵਾਲ ਪੁੱਛਣਾ ਜੀ। ਕਾਲਣਾ ਸਾਹਿਬ, ਜਿਵੇਂ ਤੁਸੀਂ ਉਹਨਾਂ ਇਸ ਲਾਈਨ ਦੇ ਵਿੱਚ ਪੰਜਾਬੀ ਦੇ ਜਿਹੜੇ ਪਹਿਲੇ ਵੀ ਬਹੁਤ ਜ਼ਿਆਦਾ ਡਿਸਟ੍ਰੀਬਿਊਟਰ ਨੇ, ਚੰਗੇ ਸ਼ੋਅ ਲਈਏ ਉਹ ਸਾਨੂੰ ਵੀ ਕਿਤੇ ਨਾ ਕਿਤੇ ਖਬਰਾਂ ਮਿਲ ਰਹੀਆਂ ਨੇ, ਮੈਂ ਤਾਂ ਉਹਦੇ ਉੱਤੇ ਸਰ ਪੁੱਛਿਆ ਸੀਗਾ ਵੀ ਕੋਈ ਇੱਦਾਂ ਦੀ ਕੋਈ ਚੁਣੌਤੀ ਹੈ। ਖਬਰਾਂ ਤਾਂ ਭਾਜੀ ਬਹੁਤ ਬਣਦੀਆਂ ਨੇ, ਖਬਰਾਂ ਤਾਂ ਤੁਹਾਨੂੰ ਪਤਾ ਹੀ ਹੈ। ਅੱਛਾ ਸੋਨਮ ਜੀ, ਤੁਸੀਂ ਹੁਣ ਜੋ ਤੁਹਾਡੀ ਲੁੱਕ ਹੁਣ ਹੈਗੀ ਆ, ਅਤੇ ਕਾਫੀ ਟਾਈਮ ਪਹਿਲਾਂ ਇੱਕ ਵਾਰੀ ਬਾਅਦ ਦੇ ਨਾਲ ਤੁਸੀਂ ਗੱਲਬਾਤ ਕਰਦੇ ਕਿਹਾ ਸੀਗਾ ਕਿ ਜੋ ਤੁਸੀਂ ਇੰਸਟਾਗ੍ਰਾਮ 'ਤੇ ਹੋ, ਜੋ ਤੁਸੀਂ ਪੰਜਾਬੀ ਸਿਨੇਮਾ ਦੇ ਵਿੱਚ ਹੋ, ਉਹਦੇ ਵਿੱਚ ਬਹੁਤ ਡਿਫਰੈਂਸ ਹੈ। ਅਤੇ ਉਸ ਟਾਈਮ ਤੁਸੀਂ ਇਹ ਗੱਲ ਮੈਨਸ਼ਨ ਕੀਤੀ ਸੀ ਕਿ ਮੈਂ ਚਾਹੁੰਦੀ ਹਾਂ ਵੀ ਮੈਨੂੰ ਕੁਛ ਇੱਦਾਂ ਦਾ ਮਿਲੇ ਕਰਨ ਲਈ, ਅਤੇ ਤੁਹਾਡੀ ਜੋ ਤੁਸੀਂ ਹੁਣ ਬੈਠੇ ਹੋਏ ਹੋ ਅਤੇ ਉਹ ਉੱਥੇ ਜਿਹੜੀ ਸੋਨਮ ਖੜੀ ਹੈ, ਉਹਦੀ ਲੁੱਕ ਦੀ ਜਰਨੀ ਕੀ ਸੀਗੀ, ਕਿਵੇਂ ਉਹਨੂੰ ਐਕਸਪੈਰੀਮੈਂਟ ਕੀਤਾ ਗਿਆ ਜਾਂ ਕਿੰਨਾ ਟਰਾਈ ਕੀਤਾ ਗਿਆ,
ਇੱਕ ਵਾਰੀ ਸ਼ਾਇਦ ਹੇਅਰ ਸਟਾਈਲਿਸ ਵੀ ਹੈਗੇ ਕਿ ਮੈਂ ਉਹਨਾਂ ਦਾ ਵੀ ਨਾਮ ਭੁੱਲ ਗਿਆ ਜੀ ਕਾਫੀ ਮਿਹਨਤ ਕੀਤੀ ਸੀ ਹਾਂ ਸੋ ਜਦੋਂ ਅਸੀਂ ਐਕਚੁਅਲੀ ਡਿਸਾਈਡ ਕੀਤਾ ਕਿ ਆ ਕਰਨਾ ਆ ਸੋ ਜਗਦੀਪ ਮੈਂ ਦਾਦੂ ਜਿਹੜੇ ਸਾਡੇ ਡਾਇਰੈਕਟਰ ਆ ਉਸ ਮਿਲੇ ਵੀ ਥੋਟ ਦਾਦੂ ਨੇ ਤਾਂ ਮੈਨੂੰ ਕਿਹਾ ਕਿ ਆਪ ਕਰ ਲਓਗੇ ਮੈਨੂੰ ਪਤਾ ਹੈ ਐਂਡ ਯੂ ਨੋ ਜਸਟ ਡਿਸਾਈਡ ਐਂਡ ਸ਼ੋ ਮੀ ਵਟ ਐਵਰ ਯੂ ਵਾਂਟ ਟੂ ਸੋ ਦੈਨ ਮੈਂ ਜਗਦੀਪ ਨੂੰ ਇੱਕ ਦੋ ਰੈਫਰੈਂਸਿਸ ਭੇਜੀਆਂ ਕਿ ਯੂ ਨੋ ਕੈਨ ਵੀ ਡੂ ਸਮਥਿੰਗ ਲਾਈਕ ਦੈਟ ਤਾਂ ਫਿਰ ਜਗਦੀਪ ਨੇ ਕਿਹਾ ਨਹੀਂ ਮੇ ਬੀ ਆਹ ਥੋੜ੍ਹਾ ਜ਼ਿਆਦਾ ਹੋਊਗਾ ਮੇ ਬੀ ਪੀਪਲ ਵਿਲ ਨੋਟ ਰਿਲੇਟ ਫਿਰ ਮੈਂ ਕਰਲਸ ਫਿਰ ਉੱਦਾਂ ਦਾ ਲੁੱਕ ਡਿਸਾਈਡ ਕੀਤਾ ਦੈਨ ਦੇ ਲਾਈਕਡ ਇਟ ਸੋ ਜਦੋਂ ਸੋ ਇਸ ਫਿਲਮ 'ਚ ਸਟਾਈਲਿੰਗ ਵੀ ਆਪਣੀ ਮੈਂ ਆਪ ਹੀ ਕੀਤੀ ਹੈ ਸੋ ਦੈਨ ਜਦੋਂ ਉਹ ਕੀਤਾ ਸੋ ਹੌਲੀ ਹੌਲੀ ਜਿੱਦਾਂ ਇਟ ਵਾਜ਼ ਇਟ ਡਿਡਨਟ ਹੈਪਨ ਇੱਕ ਹੀ ਦਿਨ 'ਚ ਦੋ ਚਾਰ ਦਿਨ ਲੱਗੇ ਸਾਨੂੰ ਫਿਗਰ ਆਊਟ ਕਰਨ 'ਚ ਕਿ ਆਹ ਇੱਦਾਂ ਕਰ ਸਕਦੇ ਹਾਂ ਇੱਦਾਂ ਕਰ ਸਕਦੇ ਹਾਂ ਸੋ ਵੀ ਹੈਡ ਵਨ ਲੁੱਕ ਟੈਸਟ ਆਲਸੋ ਸੋ ਉਹ ਕੀਤਾ ਐਂਡ ਦੈਨ ਦੈਟਸ ਹਾਓ ਥਿੰਗਸ ਫੈਲ ਇਨ ਪਲੇਸ ਬਟ ਹਾਂ ਮੈਂ ਰੀਅਲ ਲਾਈਫ 'ਚ ਉੱਦਾਂ ਦੀ ਨਹੀਂ ਹੈਗੀ ਆਈ ਡੋਂਟ ਥਿੰਕ ਸੋ ਮੇਰੇ ਬਾਹਰ ਵੀ ਉੱਦਾਂ ਦੇ ਨਹੀਂ ਆ ਨਾ ਮੈਂ ਉੱਦਾਂ ਤੁਰਦੀ ਹਾਂ ਨਾ ਉੱਦਾਂ ਗੱਲ ਕਰਦੀ ਹਾਂ ਨਾ ਉੱਦਾਂ ਮੇਰੀ ਪਰਸਨੈਲਿਟੀ ਨਹੀਂ ਆ ਬਟ ਹਾਂ ਦੇ ਇਹਦੇ ਪਿੱਛੇ ਕਾਫੀ ਜ਼ਿਆਦਾ ਹੋਮਵਰਕ ਸੀਗਾ ਟੂ ਲੁੱਕ ਲਾਈਕ ਦੈਟ ਐਂਡ ਆਈ ਥਿੰਕ ਹੁਣ ਸਡਨਲੀ ਐਵਰੀਬਡੀ ਇਜ਼ ਇਨ ਦੈਟ ਕਰਲੀ ਹੈਅਰ ਬਟ ਵੈਨ ਵੀ ਸਟਾਰਟਡ ਨੋ ਬਡੀ ਰੀਲੀ ਵਾਜ਼ ਡੂਇੰਗ ਦ ਕਰਲੀ ਹੈਅਰ ਸੋ ਇਟ ਵਾਜ਼ ਅ ਲੋਟ ਆਫ ਰਿਸਕ ਈਵਨ ਦੈਰ ਯਾ ਥੈਂਕ ਯੂ